ਬਾਹਰੋਂ ਲੋਕ ਆ ਰਹੇ ਨੇ ਅੰਮ੍ਰਿਤਸਰ ਔਰ ਉਹ 700 ਕਰੋੜ ਰੁਪਈਆ ਇਨਵੈਸਟ ਕਰਨਾ ਚਾਹੁੰਦੇ ਆ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਕੰਮਾਂ ਕਾਰਨ ਹੀ ਨਹੀਂ ਦਿਨੀ ਚਰਚਾ 'ਚ ਨੇ, ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਗ੍ਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਨੇ, ਉੱਥੇ ਕਈ ਕੰਮ ਕਰਕੇ ਇਹਨਾਂ ਦਾ ਉਦਘਾਟਨ ਵੀ ਕੀਤਾ ਜਾ ਰਿਹਾ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਛੱਤਬੀੜ ਜ਼ੂ ਦੀ ਨੁਹਾਰ ਬਦਲੀ ਗਈ ਹੈ ਅਤੇ ਇਸ ਨੁਹਾਰ ਨੂੰ ਬਦਲਣ ਦੇ ਲਈ 8 ਕਰੋੜ ਰੁਪਏ ਖਰਚੇ ਗਏ ਨੇ। ਇਸ ਚਿੜੀਆਘਰ ਦਾ ਜਾਇਜ਼ਾ ਲੈਣ ਅਤੇ ਇਸ ਵਿੱਚ 9.5 ਲੱਖ ਦੀ ਕੀਮਤ ਦੀ ਬੱਸ ਦਾ ਉਦਘਾਟਨ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਇਸ ਚਿੜੀਆਘਰ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਬੱਸ ਦਾ ਉਦਘਾਟਨ ਕੀਤਾ। ਉਸ ਦੇ ਨਾਲ ਹੀ ਇਹਨਾਂ ਵੱਲੋਂ 2 ਚੀਤਿਆਂ ਨੂੰ 1 ਸਾਲ ਦੇ ਲਈ ਗੋਦ ਵੀ ਲਿਆ ਗਿਆ ਅਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਕੁਝ ਦਿਨਾਂ ਬਾਅਦ ਇੱਕ ਹੋਰ ਪ੍ਰੋਜੈਕਟ 10 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਣ ਜਾ ਰਿਹਾ, ਜਿਸ ਨਾਲ ਇਸ ਜ਼ੂ ਦੀ ਹੋਰ ਵੀ ਵਧੀਆ ਦਿੱਖ ਹੋ ਜਾਏਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਕੰਮ ਜਾਰੀ ਰਹਿਣਗੇ ਅਤੇ ਅੰਮ੍ਰਿਤਸਰ ਦੇ ਲਈ ਵੀ 700 ਕਰੋੜ ਦਾ ਪ੍ਰੋਜੈਕਟ ਲੈ ਕੇ ਆਉਣ ਵਾਲੇ ਨੇ ਨਵਜੋਤ ਸਿੰਘ ਸਿੱਧੂ। ਨਹੀਂ, ਅਸੀਂ PPP ਮੋਡ ਦੇ ਉੱਤੇ ਅਗਰ ਕਰਾਂਗੇ ਵੀ ਤੇ ਉਹ ਸਾਰਾ ਕੰਟਰੋਲ ਗਵਰਨਮੈਂਟ ਦੇ ਹੱਥ ਰਹੂਗਾ, ਜਿੱਥੇ ਤੁਸੀਂ ਦੇਖਦੇ ਹੋ ਕਿ ਕਈ ਥਾਵਾਂ ਦੇ ਉੱਤੇ 50-55% ਗਵਰਨਮੈਂਟ ਆਪਣੇ ਕੋਲ ਰੱਖ ਲੈਂਦੀ ਹੈ, ਅਸੀਂ 60-70% ਆਪਣੇ ਕੋਲ ਰੱਖਾਂਗੇ ਜੇ ਕੋਈ ਕਰਾਂਗੇ ਵੀ। ਦੇਰ ਇਜ਼ ਅਨਦਰ ਪ੍ਰੋਜੈਕਟ ਜਿੱਥੇ ਬਾਹਰੋਂ ਲੋਕ ਆ ਰਹੇ ਨੇ ਅੰਮ੍ਰਿਤਸਰ ਔਰ ਉਹ 700 ਕਰੋੜ ਰੁਪਈਆ ਇਨਵੈਸਟ ਕਰਨਾ ਚਾਹੁੰਦੇ ਆ ਵਿਦਾਊਟ ਅ ਸਿੰਗਲ ਪੈਨੀ ਬੀਂਗ ਸਪੈਂਟ ਬਾਏ ਦਾ ਗਵਰਨਮੈਂਟ ਆਫ ਪੰਜਾਬ। ਹੁਣ ਉਹ ਜਿਹੇ ਪ੍ਰੋਜੈਕਟਾਂ ਨੂੰ ਫੈਸਿਲੀਟੇਟ ਕਰਨਾ ਚਾਹੀਦਾ ਔਰ ਮੈਂ ਉਹਨੂੰ ਫੈਸਿਲੀਟੇਟ ਕਰ ਰਿਹਾ। ਉਹ ਗ੍ਰਨੋਲਾਸ, ਇਟ ਇਜ਼ ਦੀ ਬੈਸਟ ਕੰਪਨੀ ਇਨ ਦ ਹੋਲ ਵਰਲਡ, ਡੋਪਲਮਾਇਰ ਕੰਪਨੀ ਹੈ, ਉਹ ਗ੍ਰਨੋਲਾ ਲਾਣੇ ਚਾਹੁੰਦੇ ਆ ਔਰ ਟ੍ਰੈਫਿਕ ਅੰਮ੍ਰਿਤਸਰ ਦਾ ਆਲਮੋਸਟ 25% ਰਹਿ ਜਾਣਾ, ਦੈਟ ਇਜ਼ ਡੋਪਲਮਾਇਰ। ਵੀਵ ਆਲਰੇਡੀ ਕਲੀਅਰਡ ਇਟ, ਰੈਜ਼ੋਲੂਸ਼ਨ ਆਲਰੇਡੀ ਕਲੀਅਰ ਹੋ ਚੁੱਕਿਆ ਉਹਦਾ, ਅੰਮ੍ਰਿਤਸਰ ਦੀ ਜਿਹੜੀ ਮੁਨਸਿਪਲ ਕਾਰਪੋਰੇਸ਼ਨ ਹੈਗੀ ਹੈ, ਐਂਡ ਭਾਵੇਂ ਉਹਨੂੰ ਕਾਰਪੋਰੇਸ਼ਨ ਅਡੋਪਟ ਕਰੇ ਭਾਵੇਂ ਕੋਈ ਹੋਰ ਅਡੋਪਟ ਕਰੇ, 700 ਕਰੋੜ ਰੁਪਈਆ, ਦੀ ਫਾਈਨੈਸਟ ਕੰਪਨੀ ਇਨ ਦ ਹੋਲ ਵਰਲਡ, ਜਿਹਦੇ ਕੋਲ 70-80% ਵਰਲਡ ਦਾ ਏਰੀਆ, ਜਿਹੜਾ ਅੱਜ ਤੱਕ 126 ਸਾਲਾਂ ਦੇ ਵਿੱਚ ਇੱਕ ਐਕਸੀਡੈਂਟ ਨਹੀਂ ਹੋਇਆ। ਦੇਖਿਆ ਨਾ ਤੁਸੀਂ ਉਹ ਤਾਰਾਂ ਜੀ ਦੇ ਉੱਤੇ ਫਸ ਜਾਂਦਾ ਹੁੰਦਾ ਗ੍ਰਨੋਲਾ, ਪਹਿਲਾਂ ਦੇਖਿਆ ਨੀ ਸੀ ਉਹਦੇ ਕਿਹੜੀ ਥਾਂ, ਉਹ ਪਰਵਾਨੂ ਟਿੰਬਰ ਟ੍ਰੇਲ, ਹੈ ਨਾ, ਇੱਕ ਐਕਸੀਡੈਂਟ ਨਹੀਂ 126 ਸਾਲਾਂ ਦੇ ਵਿੱਚ। 5 types ਆਫ ਐਸਕੇਪ ਰੂਟ, ਸੈਨ ਸਿਕਿਉਰਿਟੀ ਇਜ਼ ਦਾ ਬੈਸਟ ਸਿਕਿਉਰਿਟੀ ਇਨ ਦਾ ਹੋਲ ਵਰਲਡ, ਸਮਝ ਨੀ। ਉਹ ਦਰਬਾਰ ਸਾਹਿਬ ਦੇ ਉੱਤੋਂ ਦੀ, ਮਤਲਬ ਸਾਈਡਾਂ ਦੇ ਉੱਤੋਂ ਦੀ, ਕਿਤੇ ਕਿਸੇ ਬਿਲਡਿੰਗ ਤੇ ਇਨਕਰੋਚਮੈਂਟ ਨਹੀਂ, ਸੜਕਾਂ ਦੇ ਨਾਲ ਨਾਲ। ਦੇ ਵਿਲ ਸਪੈਂਡ ਅਬਾਊਟ 200-300 ਕਰੋੜ ਔਨ ਦੀ ਪਾਰਕਿੰਗ ਇਜ਼ ਵੈਲ। ਸੋ ਇਹੋ ਜਿਹੇ ਪ੍ਰੋਜੈਕਟ ਅਸੀਂ ਅੱਗੇ ਲੈ ਕੇ ਆ ਰਹੇ ਹਾਂ, ਵਿਦ ਦੈਟ ਦੀ ਸੈਂਟੋਸਾ ਲਾਈਕ ਪ੍ਰੋਜੈਕਟ ਇਨ ਹਰੀਕੇ, ਦੈਟ ਇਜ਼ ਮਾਈ ਡ੍ਰੀਮ, ਮੈਂ ਪੂਰੇ ਕਰਨੇ ਆ, ਆਈ ਹੈਵ ਮਾਈ ਡ੍ਰੀਮ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਨੂੰ ਵੀ ਨਿਸ਼ਾਨਾ ਬਣਾ ਗਿਆ। ਉਹਨਾਂ ਕਿਹਾ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਨੂੰ ਜੰਗ ਲੱਗ ਚੁੱਕਾ ਹੈ ਅਤੇ ਉਸ ਤੇ ਤਾਂ ਕੋਈ ਪਰਿੰਦਾ ਵੀ ਨਹੀਂ ਬੈਠਦਾ। ਦੇਖੋ ਮੇਰੀ ਗੱਲ ਨੂੰ ਸੁਣੋ, 5-7 ਕਰੋੜ ਦੇ ਵਿੱਚ ਹਰੀਕੇ ਬਦਲਣ ਵਾਲਾ ਨਹੀਂ, ਔਰ ਉਹ 5-7 ਕਰੋੜ ਵੀ ਜੰਗਾਲ ਲੱਗਿਆ ਪਿਆ ਉੱਥੇ, ਯੂ ਨੋ, ਜਿਹੜਾ ਪੈਸਾ ਕਿਸੇ ਦੇ ਕੰਮ ਨਾ, ਹੁਣ 7 ਕਰੋੜ ਉੱਥੇ ਵੀ ਲੱਗਿਆ ਤੇ 8 ਕਰੋੜ ਇੱਥੇ ਵੀ ਲੱਗਿਆ, ਤੁਸੀਂ ਦੇਖੋ ਕਿ ਇਹ ਲੋਕਾਂ ਦੇ ਕੰਮ ਆ ਰਿਹਾ ਕਿ ਨਹੀਂ। ਉਹ ਤਾਂ ਕੋਈ ਦੇਖਦਾ ਵੀ ਨਹੀਂ ਉਹਨੂੰ, ਉੱਥੇ ਤਾਂ ਕੋਈ ਕਾਂ ਵੀ ਨਹੀਂ ਪੈਂਦਾ, ਇੰਨਾ ਜੰਗ ਲੱਗਿਆ। 2 ਬਿਲਡਿੰਗ ਐਂ ਜੇ ਕਰਕੇ ਥਮਲੇ ਜੇ ਖੜੇ ਕਰਤੇ, ਉਹਨੂੰ ਜੰਗ ਲੱਗਿਆ ਲੋਹੇ ਨੂੰ ਵੀ। ਦੀ ਪੁਆਇੰਟ ਇਜ਼, ਮੈਂ ਤੁਹਾਨੂੰ ਕਿਹਾ ਨਾ ਕਿ ਕਿਸੇ ਦੀ ਕਾਬਲੀਅਤ ਦਾ ਆਕਲਨ ਕਰਨਾ ਹੋਵੇ ਤੇ ਇਹ ਦੇਖੋ ਕਿ ਉਹਨੇ ਕੰਮ ਸੰਪੰਨ ਕਿੱਦਾਂ ਕੀਤਾ। ਕੰਮ ਸ਼ੁਰੂ ਬੜੇ ਹੋ ਜਾਂਦੇ ਆ, ਵਿੱਚੋਂ ਹੀ ਕਾਲੇ ਮਾਲੇ ਹੋ ਜਾਂਦੇ ਆ। ਦੇਖੋ ਕਈ ਥਾਵਾਂ ਦੇ ਉੱਤੇ ਤਾਂ ਮੈਂ ਸੋਚਦਾ ਕਿ ਭਾਈ ਕਿਤੇ ਅਮਰੀਕਾ ਦੇ ਵਿੱਚ ਕਿਸੇ ਨੂੰ ਠੇਕਾ ਮਿਲ ਜਾਵੇ ਤੰਬੂ ਦਾ ਤੇ ਵਿੱਚੋਂ ਰੁਮਾਲ ਕੱਢ ਲੈਂਦਾ, ਇੱਥੇ ਕਿਸੇ ਨੂੰ ਰੁਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕੱਢਣ ਨੂੰ ਕਹਿੰਦਾ। ਆਈ ਮੀਨ ਦੈਟ ਇਜ਼ ਅ ਵੈਰੀ ਸੈਡ ਸਟੇਟ ਆਫ ਅਫੇਅਰਸ, ਕਿ ਕਮਿਟਮੈਂਟ ਜਿਹੜੀ ਹੈਗੀ ਹੈ ਉਹ ਸਟੇਟ ਦੇ ਲਈ ਨਹੀਂ। ਇਹਦੀ ਸ਼ਾਈਨਿੰਗ ਐਗਜ਼ਾਮਪਲ ਹੈ ਸਾਡੀ ਐਡਵਰਟਾਈਜ਼ਮੈਂਟ ਪਾਲਿਸੀ, ਸਾਰੇ ਸੂਬੇ 'ਚੋਂ 18 ਕਰੋੜ ਰੁਪਈਆ ਪਿਛਲੇ 70 ਸਾਲਾਂ ਦਾ, ਅਤੇ ਇੱਕ ਸ਼ਹਿਰ ਦੇ ਵਿੱਚੋਂ 32 ਕਰੋੜ, ਉਹ ਵੀ ਘੱਟ ਹੈ। ਜੇ ਕਿਤੇ ਮੇਰੀ ਸੱਚ ਮੁੱਚ ਚੱਲਦੀ ਨਾ ਪੂਰੀ, ਤੇ ਉਹ 40-50 ਕਰੋੜ 'ਚ ਜਾਣਾ ਚਾਹੀਦਾ ਸੀ। ਚਲੋ ਕੋਈ ਗੱਲ ਨਹੀਂ, ਦੇਰ ਇਜ਼ ਨੋ ਐਂਡ ਟੂ ਇਟ, ਦੇਰ ਇਜ਼ ਦ ਬਿਗੈਸਟ ਰੂਮ ਇਨ ਦਿਸ ਵਰਲਡ ਇਜ਼ ਦ ਰੂਮ ਫੋਰ ਇੰਪਰੂਵਮੈਂਟ। ਅਸੀਂ ਹਮੇਸ਼ਾ ਦੇਖਦੇ ਹਾਂ ਕਿ ਅਸੀਂ ਇੰਪਰੂਵਮੈਂਟ ਕਿਵੇਂ ਕਰਨੀ ਹੈ, ਬਟ ਇਹ ਮਤਲਬ ਕੋਈ ਜ਼ਬਾਨ ਥਥਲਾਉਂਦੀ ਨਹੀਂ, ਕੋਈ ਉਹ ਨਹੀਂ, ਆਈ ਲਿਵ ਇਨ ਦ ਸਪੇਸ ਵਿਦ ਦਾ ਮਾਇੰਡ ਇਜ਼ ਵਿਦਆਊਟ ਫੇਅਰ, ਦ ਹੈਡ ਇਜ਼ ਹੈਲਡ ਹਾਈ। ਉਹ ਇਸੇ ਕਰਕੇ ਹੈ ਕਿ ਪੰਜਾਬ ਦੇ ਲਈ ਕੁਛ ਕਰਕੇ ਵਿਖਾਉਣਾ, ਬਦਲਾਵ ਲਿਆ ਕੇ ਦਿਖਾਉਣਾ, ਔਰ CM ਸਾਹਿਬ ਨੂੰ ਵੀ ਬਹੁਤ ਛੇਤੀ ਮੈਂ ਵਧੀਆ ਤੋਹਫਾ ਦੇਵਾਂਗੇ, ਜਿਹਦੇ ਨਾਲ ਅਸੀਂ ਜਦੋਂ ਸਾਡੀ ਪ੍ਰੋਪਰ ਜਦੋਂ ਇਲੈਕਸ਼ਨ ਆਉਣੀ ਹੈ। ਦੇਖੋ ਕਿਸੇ ਨੂੰ ਜੱਜ ਕਰਨਾ ਹੋਵੇ ਤੁਸੀਂ 1-1.5 ਸਾਲ 'ਚ ਨਹੀਂ ਕਰ ਸਕਦੇ, 5 ਸਾਲਾਂ ਬਾਅਦ ਜੋ ਹੋਊ ਤੁਹਾਡੇ ਸਾਹਮਣੇ ਹੋਊ ਔਰ ਤੁਹਾਡੀਆਂ ਨਿਗਾਹਾਂ ਦੇ ਵਿੱਚ ਹੀ ਤੁਸੀਂ ਜੱਜ ਹੋਵੋਗੇ।
what we will do will be for everybody to see. Thoda ja time lagya, policy nahi si koi. Koi policy nahi si. Bhi asi kedi raat turna hai. Asi kedi raat de utte paina hai. Koi road map nahi si. Nakshe nahi si koi. Shehra da koi plan nahi si. Samjho meri gal nu. Onu li te lyaan layi 7-8 mahine lage. Dubar du hoi. Halanke udon bhi log kehde si ki ho raha hai ji, ki ho raha hai. ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਉਹ ਜਿੰਨੀਆਂ ਪਾਲਿਸੀਆਂ ਨੇ ਨੇਪਰੇ ਚੜ੍ਹਨ ਲੱਗ ਗਈਆਂ। ਕੱਲ੍ਹ ਤੋਂ ਅਸੀਂ ਕੋਈ ਨਕਸ਼ਾ, ਤੁਸੀਂ ਇਹ ਦੇਖ ਲੈਣਾ ਮਹੀਨੇ ਬਾਅਦ ਕੋਈ ਨਕਸ਼ਾ ਤੁਸੀਂ ਘਰ ਬੈਠੇ ਪਾਸ ਕਰਾ ਲਓਗੇ, ਚਾਹੇ ਸੀ ਐਲ ਯੂ ਵੀ ਹੋਵੇ 6 ਮਹੀਨਿਆਂ 'ਚ, ਉਹ ਵੀ ਘਰ ਬੈਠੇ ਪਾਸ ਕਰਾਓ। ਕੋਈ ਬੰਦਾ ਮਿਊਂਸੀਪਲ ਕਾਰਪੋਰੇਸ਼ਨ ਜਾਣਾ ਨਹੀਂ ਪਊ। ਕਰਪਸ਼ਨ ਤਾਂ ਹੀ ਦੂਰ ਹੋਊ ਨਾ, ਜੇ ਸ਼ਕਲ ਹੀ ਨਾ ਦੇਖੂ ਤੁਹਾਡੀ ਤਾਂ ਕਿੱਦਾਂ ਕਰਪਸ਼ਨ ਕਰੋਗੇ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਇਕ ਜ਼ੀਰਾ ਨੂੰ ਪਾਰਟੀ 'ਚੋਂ ਸਸਪੈਂਡ ਕਰਨ 'ਤੇ ਵੀ ਬਿਆਨ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਾਈ ਕਮਾਂਡ ਦੇ ਫੈਸਲੇ ਤੇ ਟਿਕਾ ਟਿੱਪਣੀ ਨਹੀਂ ਕਰਦੇ, ਪਰ ਕੁਲਬੀਰ ਸਿੰਘ ਜ਼ੀਰਾ ਉਹਨਾਂ ਦੀ ਪਾਰਟੀ ਦਾ ਆਪਣਾ ਮੈਂਬਰ ਹੈ। ਦੇਖੋ, ਮੈਂ ਪਾਰਟੀ ਹਾਈ ਕਮਾਂਡ ਦੇ ਬਾਰੇ ਮੈਂ ਬਿਲਕੁਲ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਉਹਨਾਂ ਨੇ ਆਪਣਾ ਡਿਸੀਜਨ ਲਿੱਤਾ ਹੈ, ਸੋਚ ਕੇ ਲਿੱਤਾ ਹੈ, ਜਿਸ ਤਰ੍ਹਾਂ ਵੀ ਲਿੱਤਾ ਹੈ। ਪਰ ਮੈਂ ਫਿਰ ਵੀ ਇੰਨੀ ਗੱਲ ਜ਼ਰੂਰ ਮੰਨਦਾ ਕਿ ਜ਼ੀਰਾ ਸਾਡਾ ਆਪਣਾ ਹੈ। ਕੋਈ ਗਲਤੀ ਕੀਤੀ ਹੋਵੇ ਬੱਚੇ ਨੇ ਤਾਂ ਉਹਨੂੰ ਸਮਝਾਇਆ ਜਾ ਸਕਦਾ ਹੈ। ਉਹ ਸਾਡਾ ਮਤਲਬ ਅਭਿੰਨ ਅੰਗ ਹੈ, ਸਮਝਿਆ ਨਹੀਂ। ਜੇ ਕੋਈ ਮਾੜੀ ਜਿਹੀ ਖਰੌਂਚ ਲੱਗ ਜੇ ਕੋਈ ਬੰਦਾ ਵੱਢ ਕੇ ਨਹੀਂ ਸਿੱਟ ਦਿੰਦਾ, ਮੇਰੀ ਗੱਲ ਨੂੰ ਸਮਝ ਲਓ। ਜੋ ਵੀ ਹੋਇਆ, ਜਿਸ ਤਰ੍ਹਾਂ ਵੀ ਹੋਇਆ, ਹਾਈ ਕਮਾਂਡ ਦਾ ਆਪਣਾ ਡਿਸੀਜਨ ਹੈ, ਪਰ ਮੈਂ ਜ਼ੀਰੇ ਨੂੰ ਅੱਜ ਵੀ ਆਪਣਾ ਪਰਿਵਾਰ ਮੰਨਦਾ। ਸੋ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਕੀਤੇ ਜਾ ਰਹੇ ਕੰਮ ਕਾਫੀ ਜ਼ਿਆਦਾ ਚਰਚਾ 'ਚ ਨੇ, ਅਤੇ ਆਉਣ ਵਾਲੇ ਸਮੇਂ 'ਚ ਲੋਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਵੀ ਵੇਖ ਰਹੇ ਨੇ। ਪਰ ਇਹ ਗੱਲ ਕਿੰਨੀ ਕੁ ਸੱਚ ਹੋਣ ਵਾਲੀ ਹੈ, ਇਹ ਤਾਂ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।